ਅਸਲਾਮ ਅਲੈਕਮ ਸਿਆਸੀ ਦੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਾਮ ਫਰਮਾਇਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਖਾਨ ਸਾਹਿਬ ਕਹਿੰਦੇ ਨੇ ਮੈਨੂੰ ਅਟਕ ਜੇਲ ਦੇ ਵਿੱਚ ਚੂਹਿਆਂ ਤੋਂ ਡਰ ਲੱਗਦਾ ਐਡਾ ਵੱਡਾ ਲੀਡਰ ਹੋ ਕੇ ਚੂਹਿਆਂ ਤੋਂ ਡਰ ਲੱਗਦਾ ਵਰਗਾ ਤੂੰ ਜੇਲ ਦੇ ਵਿੱਚ ਚੂਹਿਆਂ ਨਾਲ ਦੋਸਤੀ ਕਰ ਲੈ ਚੂਹਿਆਂ ਨੂੰ ਆਪਣਾ ਦੋਸਤ ਬਣਾ ਲੈ ਉਹਨਾਂ ਨੂੰ ਆਪਣਾ ਮਨਸ਼ੂਰ ਦੱਸ ਆਪਣੀ ਪਾਰਟੀ ਦੇ ਬਾਰੇ ਦੱਸ ਉਹਨਾਂ ਨੂੰ ਆਪਣੇ ਟਿਕਟਾਕ ਦੇ ਬਾਰੇ ਦੱਸ ਚੂਹੇ ਵੀ ਤੇਰੇ ਟਿਕਟਾਕ ਦੇ ਫਾਲੋਅਰ ਬਣ ਜਾਣ ਫਿਰ ਚੂਹਾ ਟਿਕਟਾਕ ਚੂਹਾ ਗਰਫ ਵੀ ਬਣ ਜਾਏ ਔਰ ਜੇਲ੍ਹ ਦੇ ਵਿੱਚ ਚੂਹੇ ਫਿਰ ਤੈਨੂੰ ਇਲੈਕਸ਼ਨ ਲੜ ਕੇ ਤੇ ਚੂਹਿਆਂ ਦਾ ਵਜ਼ੀਰ ਆਜ਼ਮ ਬਣਾ ਦੇਣਗੇ ਖਾਨ ਸਾਹਿਬ ਡਰਨਾ ਹੈ ਚੂਹਿਆਂ ਕੋਲ ਯਾਰ ਚੂਹਿਆਂ ਨੂੰ ਆਪਣੇ ਮਨਸ਼ੂਰ ਦੱਸ ਦੋਸਤੀ ਕਰੋ ਉਹਨਾਂ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲ ਹਰ ਪਾਸੇ ਚੂਹਾ ਚੂਹਾ ਹੋ ਜਾਏ ਉਹ ਖਾਨ ਸਾਹਿਬ ਨੇ ਉਹ ਡਰ ਗਏ ਨੇ ਤੇ ਕਹਿੰਦੇ ਨੇ ਮੈਨੂੰ اٹਕ ਤੋਂ ਅਡੇਆਲਾ ਮੌਤਕਿਲ ਕਰਦੇ ਹੋ ਤੇ ਮੇਰੇ ਖਿਆਲ ਨਾਲ ਜਦੋਂ ਤੱਕ ਤੁਹਾਡੇ ਕੋਲੇ ਵੀਡੀਓ ਆਏਗੀ ਹੋ ਸਕਦਾ ਖਾਨ ਸਾਹਿਬ ਨੂੰ ਅਡੇਆਲਾ ਮੌਤਕਿਲ ਕਰ ਦਿੱਤਾ ਹੋਵੇ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਚੁੱਕਿਆ ਗ੍ਰਿਫਤਾਰੀ ਅਜੇ ਹੋਈ 3 ਤੀਸਰਾ ਦਿਨ ਤੱਕ ਕੋਈ ਜ਼ਮਾਨਤ ਦੇ ਰੋਲੇ ਪੈ ਗਣ ਨਿਆਜ਼ੀ ਦੀ ਜ਼ਮਾਨਤ ਫਿਰ ਗ੍ਰਿਫਤਾਰੀ ਵੱਡੀ ਖਬਰ ਪੀਟੀਆਈ ਦਾ ਅਗਲਾ ਚੇਅਰਮੈਨ ਕੌਣ ਵੱਡੀ ਜੰਗ ਛੇੜ ਗਈ ਏ ਇਹ ਦੱਸਣੇ ਮੁਰਾਦ ਸੈਦ ਦਾ ਅੱਬਾ ਸੈਦ ਗ੍ਰਿਫਤਾਰ ਕਿਉਂ ਗ੍ਰਿਫਤਾਰ ਹੋਇਆ ਇਹ ਦੱਸਣੇ ਤੇ ਨਿਆਜ਼ੀ ਨੂੰ ਕਿਸ ਨੇ ਦਬੋਇਆ ਇਹ ਵੀ ਤੁਹਾਨੂੰ ਦੱਸਦੇ ਆ ਇਹ ਸਾਰੀਆਂ ਚੀਜ਼ਾਂ ਰਲਾ ਮਰਲਾ ਕੇ ਇਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਇਹ ਹੀਰੇ ਨੇ ਇਹ ਖਬਰਾਂ ਨਹੀਂ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਖਬਰਾਂ ਤੇ ਸਾਰੇ ਦੇ ਰਹਿੰਦੇ ਨੇ ਜਿਨ੍ਹਾਂ ਚ ਵਜ਼ਨ ਕੱਖ ਨਹੀਂ ਹੁੰਦਾ ਇਹ ਹੀਰੇ ਨੇ ਇਹ ਉਹ ਹੀਰੇ ਨੇ ਜਿਹੜੇ ਪੀਰਨੀ ਮਲਕ ਰਿਆਜ਼ ਕੋਲੋਂ ਮੰਗਦੇ ਸੀ ਕਿ 5 ਕੈਰਟ ਦਾ ਵੇਚਦੇ 6 ਕੈਰਟ ਦਾ ਵੇਚਦੇ 10 ਕੈਰਟ ਦਾ ਵੇਚਦੇ ਠੀਕ ਹੈ ਰਾਜੀ ਅੱਛਾ ਅਚੂਏ ਵਾਲੀ ਗੱਲ ਤੇ ਅਸੀਂ ਤੁਹਾਨੂੰ ਦੱਸ ਛੜੀ ਨਿਆਜ਼ੀ ਦੀ ਜ਼ਮਾਨਤ ਤੇ ਫਿਰ ਗਿਫਤਾਰੀ ਗਿਫਤਾਰੀ ਤੋਂ ਫੌਰਤ ਬਾਨ ਜ਼ਮਾਨਤ ਦੇ ਰੋਲੇ ਪੈ ਗਏ ਜਿਹੜੇ ਆ ਸਾਰੇ ইমরানਡੂ ਸ਼ਮਰਾਂਡੂ ਜਿਹੜੇ ਨੇ ਉਸ ਜ਼ਮਾਨਤ ਹੋ ਰਹੀ ਹੈ ਇਹ ਹੋ ਰਿਹਾ ਫਲਾ ਹੋ ਰਿਹਾ ਅਸਾਂ ਕਹਿੰਦੇ ਪਤਾ ਤੇ ਕਰੀਏ ਖਾਦਾ ਕੀ ਗੋਲ ਕੀ ਜ਼ਮਾਨਤ ਹੋਣੀ ਹੈ ਕੀ ਚੱਕਰ ਅੱਛਾ ਹੁਣ ਤੁਸੀਂ ਆ ਖਬਰ ਧਿਆਨ ਨਾਲ ਸੁਣੀ ਇਹ ਬੜੀ ਤੁਹਾਡੇ ਆਸੇ ਸਬਕ ਵੀ ਹੋਏਗਾ ਔਰ ਇਸ ਤਰ੍ਹਾਂ ਹੀ ਚਾਂਸ ਵੀ ਜਿਹੜਾ ਨਾ ਉਹ ਵੀ ਇਸ ਤਰ੍ਹਾਂ ਹੀ ਹੋਣ ਦਾ ਠੀਕ ਹੋ ਗਿਆ ਨਾਜ਼ੀ ਸਾਹਿਬ ਜਿਹੜੇ ਨੇ ਇਹਨਾਂ ਦੇ ਵਕੀਲ ਜਿਹੜੇ ਨੇ ਇਹ ਇਹਨਾਂ ਨੇ ਹੁਣ ਜ਼ਹਿਰੀ ਗੱਲ ਹੈ ਖਾਂ ਸਰਬ ਜੇਲ ਚਲੇ ਗਏ ਨੇ ਜਿਹੜਾ ਬੰਦਾ ਜੇਲ੍ਹ ਚਲਾ ਜਾਂਦਾ ਸਜ਼ਾ ਹੋ ਜਾਂਦੀ ਹੈ ਤੇ ਉਹਦਾ ਹੱਕ ਹੁੰਦਾ ਕਿ ਉਹ ਗੋ ਅਗਲੀ ਜਿਹੜੀ ਵੱਡੀ ਅਦਾਲਤ ਹੈ ਯਾਨੀ ਕਿ اسلامਾਬਾਦ ਹਾਈ ਕੋਰਟ ਉਹਦੇ ਵਿੱਚ ਜਾ ਕੇ ਜ਼ਮਾਨਤ ਦੀ ਦਰਖਾਸਤ ਦੇਗਾ ਦੋ ਤਰ੍ਹਾਂ ਇਹ ਇਹਦਾ ਹਸਤਾਪਨੇ ਇੱਕ ਤੇ ਹੋਏ ਕਹਿੰਦੇ ਜੀ ਸਾਨੂੰ ਉਸ ਫੈਸਲੇ ਤੇ ਯਕੀਨ ਨਹੀਂ ਤੇ ਤੁਸੀਂ ਬੰਦਾ ਸਾਡਾ ਬੇਕਸੂਰ ਹੈ ਤੇ ਇੱਥੇ ਕੇਸ ਲਾਓ ਇੱਕ ਤੇ ਗੱਲ ਹੋਈ ਕੇਸ ਲੜਨ ਦੀ ਦੂਸਰੀ ਗੱਲ ਇਹ ਹੋਏਗੀ ਕਿ ਬੰਦੇ ਦਾ ਕੇਸ ਇੱਥੇ ਅਸੀਂ ਲੜਨੇ ਬੰਦੇ ਨੂੰ ਰਿਹਾ ਕਰਦੇ ਹੋ ਬੰਦੇ ਦੀ ਉਮਰ 74 ਸਾਲ ਹੈ 75 ਸਾਲ ਹੈ 70 ਸਾਲ ਦਾ ਤੂੰ ਉੱਤੇ ਨਖਾਂ ਸਾਹਿਬ ਤੇ ਖਾਨ ਸਾਹਿਬ ਦੀਆਂ ਤਕਰੀਬਨ 100 ਕੇਸ ਸਨ ਜਿਨ੍ਹਾਂ ਦੇ ਵਿੱਚ ਅਬੂਰੀ ਜ਼ਮਾਨਤਾਂ ਹੋਈਆਂ ਸੀ ਬੰਦਿਆਲ ਆਰਾਂ ਤੇ ਪਤਾ ਨਹੀਂ ਕਿੰਨਾ-ਕਿੰਨਾ ਦਿੱਤੀਆਂ ਸੀ ਕਿਸੇ 6 ਮਹੀਨੇ ਦੀ ਕਿਸੇ 13 ਮਹੀਨੇ ਦੀ ਕਿਸੇ 2 ਮਹੀਨੇ ਦੀ ਹੋਈਆਂ ਸਨ ਕੋਈ ਬੰਦਾ ਹੱਥ ਨਹੀਂ ਸੀ ਪਾਂਦਾ ਇਹੀ ਕਹਿੰਦੇ ਸੀ ਕਿ ਇਹ ਇਹ ਕੋਈ ਸਰਕਾਰੀ ਸਾਹੜ ਇਹਨੂੰ ਨਾ ਕੋਈ ਗ੍ਰਫਤਾਰ ਕਰ ਸਕਦਾ ਤੇ ਨਾ ਇਹ ਰਿਆਂ ਨੂੰ ਜ਼ਮਾਨਤਾਂ ਰੋਕ ਸਕਦਾ ਤੇ ਜਿਸ ਦਿਨ ਦੇ ਖਾਨ ਸਾਹਿਬ ਮਲਜ਼ਮ ਤੋਂ ਮੁਜਰਮ ਬਣੇ ਨੇ ਤੇ ਜੇਲ ਚਲੇ ਗਿਆ ਨੇ ਉਹ ਸਾਰੀਆਂ ਜ਼ਮਾਨਤਾਂ ਖਤਮ ਹੋ ਗਈਆਂ ਮنسੂਖ ਹੋ ਗਈਆਂ ਓਪਨ ਹੋ ਗਈਆਂ ਯਾਨੀ ਕਿ ਫਰਜ਼ ਕਰੋ 100 ਕੇਸ ਸੀ ਤੇ 100 ਦਾ 100 ਕੇਸ ਹੁਣ ਜਿੱਥੇ-ਜਿੱਥੇ ਵੀ ਉਹ ਕੇਸ ਹੈ ਸਾਰੀਆਂ ਪੁਲਸਾਂ ਜਿਹੜੀਆਂ ਤੇਲ ਵੀ ਅਮਲਦੀਆਂ ਨੇ ਤੇਲ ਕਿਉਂ ਮਲਦੀਆਂ ਨੇ ਇਹ ਵੀ ਮੈਂ ਦੱਸਣਾ ਔਰ ਖਾਨ ਸਾਹਿਬ ਦੀ ਜ਼ਮਾਨਤ ਆਸ ਤੇ ਦਰਹਾਸ ਦਿੱਤੀ ਜਾਂਦੀ ਹੈ ਉਮਰ ਦਾ ਤਕਾਜ਼ਾ سزا ਜਿਹੜੀ ਉਹ 3 ਸਾਲ ਜਾਂ 3 ਸਾਲ ਤੋਂ ਘੱਟ ਹੋਵੇ ਔਰ ਬੰਦੇ ਦੀ ਉਮਰ ਜਿਹੜੀ ਹੈ 60 70 ਸਾਲ ਤੋਂ ਜ਼ਿਆਦਾ ਹੋਵੇ ਤੇ ਅਦਾਲਤਾਂ ਦਾ ਇਹ ਰਵਾਜ ਹੈ ਕਿ ਉਹਨੂੰ ਜ਼ਮਾਨਤ ਦੇ ਦਿੰਦੀਆਂ ਸਿਰਫ ਜੇਲ੍ਹ ਤੋਂ ਕੱਢਣ ਦੀ ਜੁਰਮ ਬਰਕਰਾਰ ਰਹਿੰਦਾ ਖਾਨ ਸਾਹਿਬ ਦੀ 5 ਸਾਲ ਦੀ ਨਾਹਲੀ ਹੋ ਚੁੱਕੀ ਹੈ 2028 5 ਅਗਸਤ 2028 ਤੱਕ ਯਾਨੀ ਕਿ 5 ਸਾਲ ਪੂਰੇ ਹੋਣੇ ਨੇ ਉਦੋਂ ਉਦੋਂ ਪਤਾ ਨਹੀਂ ਖਾਨ ਸਾਹਿਬ ਨੇ ਹੋਣਾ ਹੈ ਕਿ ਨਹੀਂ ਅੱਲਾ ਨੂੰ ਸਿਹਰ ਦੇ ਉਹ ਹੋ ਚੁੱਕੀ ਐ ਸਦਕਾ ਰਮਾਨ ਖਤਮ ਹੋ ਗਈ ਐ ਜੁਰਮਾਨਾ ਵੀ ਚਲੋ ਹੋ ਗਿਆ ਤੇ ਇਹ ਜਿਹੜੀ ਜੇਲ੍ਹ ਇਹਨਾਂ ਸਜ਼ਾ اگر 10 سال تو 3 سال یا 3 سال تو ਘੱਟ سزا ਹੋਵੇ ਔਰ ਬੰਦੇ ਦੀ ਮੁਜਰਮ ਦੀ ਉਮਰ ਜਿਹੜੀ ਹੈ 60 65 ਸਾਲ ਤੋਂ ਉੱਤੇ ਹੋਵੇ ਤੇ ਅਦਾਲਤਾਂ ਉਹਨੂੰ ਉਹਦੀ ਉਮਰ ਦੇ لحاظ ਨਾਲ ਉਸ ਉਸ ਜੇਲ੍ਹ ਦੀ سزا ਦੇ ਵਿੱਚੋਂ ਹਫਤਾ 10 ਦਿਨ ਰੱਖ ਕੇ ਤੇ ਉਹਨੂੰ ਕੱਢ ਲੈਂਦੇ ਨੇ ਜੁਰਮ برقرار ਰਹਿੰਦਾ ਹੈ ਲੇਕਿਨ ਉਹਨੂੰ ਕੱਢ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਅੱਗੇ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਚੱਲਦਾ ਜਦੋਂ ਉਹ ਚੈਲੰਜ ਕਰਦੇ ਨੇ ਜੀ ਇਹ ਫੈਸਲੇ ਨੂੰ ਅਸੀਂ ਹਾਈ ਕੋਰਟ ਦੇ ਵਿੱਚ ਚੈਲੰਜ ਕਰਨਾ ਉਹ ਕੇਸ ਚੱਲਦਾ ਹੈ ਅਗਰ ਇਹਨਾਂ ਚਲਵਾਇਆ ਤੇ ਯਾਰੀ ਗੱਲ ਇਹ ਕੇਸ ਹੀ ਇਹਨਾਂ ਸਾਦਾ ਔਰ ਸਿੱਧਾ ਸਾਹਮਣੇ ਹਰਸ਼ਪਈ ਇਹ ਗੋਸ਼ਵਾਰੇ ਨੇ ਤੇ ਇਹ ਬੈਂਕ ਸਟੇਟਮੈਂਟ ਹੈ ਅੱਜ ਤੇ ਗਲਤੀ ਹੋਈ ਇਹ ਪੈਸਾ ਇਧਰ ਪਿਆ ਇਧਰੋਂ ਪੈਸਾ ਇੱਥੇ ਜ਼ਾਹਰ ਨਹੀਂ ਕੀਤਾ ਤੇ ਲਿਆਦਾ ਉਹ ਖਤਮ ਹੋ ਗਿਆ ਰਿਆਸਤ ਦੇ ਨਾਲ ਧੋਖਾ ਖਤਮ ਹੋ ਗਿਆ ਖੇਡ ਅੱਛਾ ਹੁਣ ਇਹਦੇ ਵਿੱਚ ਇਹ ਜ਼ਮਾਨਤ ਹੋ ਸਕਦੀ ਏ ਇਹਨ ਵਿੱਚ ਕੋਈ ਸ਼ੱਕ ਨਹੀਂ ਅੱਠ ਦਿਨਾਂ ਬਾਅਦ ਦਸਾਂ ਦਿਨਾਂ ਬਾਅਦ ਖਾਨ ਸਾਹਿਬ ਬਾਹਰ ਆ ਸਕਦੇ ਨੇ ਇਹਦੇ ਕੋਈ ਅਚੰਬੇ ਦੀ ਗੱਲ ਨਹੀਂ ਹੁਣ ਅਗਲੀ ਗੱਲ ਤੁਸੀਂ ਸੁਣਨੀ ਹੈ ਇੱਥੇ ਹੁਣ ਤਾਂ ਸੱਤ ਵਜੇ ਦੇਣੀ ਹੈ ਜ਼ਮਾਨਤ ਹੋ ਗਈ ਜੀ ਠੀਕ ਹੋ ਗਿਆ ਸੌ ਕੇਸਾਂ ਦੀਆਂ ਜ਼ਮਾਨਤਾਂ ਡਿੱਗ ਚੁਕੀਆਂ ਨੇ ਯਾਹੀ ਖਾਨ ਸਾਹਿਬ ਨੇ ਆਪਣਾ ਬੈਗ ਲੈ ਕੇ ਜੇਲ੍ਹ ਤੋਂ ਬਾਹਰ ਆਣਾ ਨਾ ਸਾਹਮਣੇ ਲਈਆ ਪੁਲਿਸ ਵਾਲੇ ਖਲੋਤੇ ਹੋਣੇ ਕਿ ਸਰ ਐ ਤੁਹਾਡੇ ਵਾਰੰਟ ਨੇ ਸਾਡੇ ਕੋਲ ਤੁਹਾਡੀ ਜ਼ਮਾਨਤ ਡਿੱਗੀ ਆਓ ਜਰਾ ਲਈਆ ਚੱਲੀਏ ਇਧਰ ਬੈਠੇ ਹੋਣਗੇ ਪਸ਼ਾਵਰ ਵਾਲੇ ਸਰ ਇਹ ਮੁਕੱਦਮਾ ਤੁਹਾਡੇ ਖਿਲਾਫ ਵਰਾ ਤੁਹਾਡੀ ਜ਼ਮਾਨਤ ਡਿੱਗ ਚੁਕੀ ਹੈ ਜਰਾ ਸਾਡੀ ਗੱਡੀ ਚ ਆ ਜਾਓ ਇਧਰੋਂ ਆ ਜਾਣਗੇ ਲਾਹੌਰ ਪੁਲਿਸ ਵਾਲੇ ਸਰ ਐ ਜ਼ਮਾਨਤ ਤੁਹਾਡੀ ਡਿੱਗੀ ਹੈ ਜ਼ਿਲ੍ਹੇ ਸ਼ਾਹ ਚ ਸਾਡੇ ਨਾਲ ਚੱਲੋ ਅਸੀਂ ਤਫ਼ਤੀਸ਼ ਕਰਦੇ ਇਸ ਤਰ੍ਹਾਂ ਕਰਕੇ ਉਹ ਲੈਣ ਲੱਗ ਜਾਈਗੀ ਪੂਰੇ ਪਾਕਿਸਤਾਨ ਦੇ ਜਿਹੜੀ ਪੁਲਿਸ ਨੇ ਉਹਨਾਂ ਦੀ ਲੈਣ ਲੱਗੀ ਹੋਏ ਕਿ ਜਦੋਂ ਜੇਲ੍ਹ ਦੇ ਵਿੱਚੋਂ ਖਾਨ ਸਾਹਿਬ ਆਣ ਉਹ ਫਿਰ ਉਸ ਹਿਸਾਬ ਕਰਨ ਦੇ ਵਿੱਚ ਕਿਨੂੰ ਪਹਿਲੇ ਕਿਦੇ ਕੋਲ ਜਾਣਾ ਲਈਏ ਜਾਣਾ ਕਰਾਚੀ ਜਾਣਾ ਪਸ਼ਾਵਰ ਜਾਣਾ ਕੁਵੈਟਾ ਜਾਣਾ ਲਾਹੌਰ ਜਾਣਾ 라ਵਲਪਿੰਡੀ ਜਾਣਾ ਕਿੱਥੇ ਜਾਣਾ ਉਸ ਕੇਸ ਵਿੱਚੋਂ ਤੇ ਜ਼ਮਾਨਤ ਹੋ ਗਈ ਕਿਉਂਕਿ 3 ਸਾਲ ਤੋਂ 3 ਸਾਲ ਜਾਂ 3 ਸਾਲ ਤੋਂ ਥਲੇ ਦੀ ਸਜ਼ਾ ਹੈ ਉਮਰ 60 65 ਸਾਲ ਤੋਂ ਉੱਤੇ ਆ ਹੋ ਗਈ ਜ਼ਮਾਨਤ ਬਣਦੀ ਵੀ ਹੈ ਕਾਨੂੰਨਾਂ ਨੂੰ ਵੀ ਜਾਇਜ਼ ਹੈ ਬਣਦੀ ਹੈ لیکن اگوں ناں ساریاں نے کھڑے ہونا لاہور والا لیہارا والا پشاور والا کوئٹہ والا ایسا ہونا ٹھیک ہے خان صاحب جان نہیں छुटਦੀ ਜਿੰਨੀ دیر ਤੱਕ ਇਸرائیਲ ਦਾ ਪਿਆਰਾ ਆ ਕੇ ਰਾਤੀ ਕੋਈ ਉਥੇ ਆਪਰੇਸ਼ਨ ਕਰਕੇ ਖਾਨ ਸਾਹਿਬ ਨੂੰ ਨਾ ਚੁੱਕ ਕੇ ਲੈ ਜਾਉਣੀਂ دیر ਤੱਕ ਖਾਨ ਸਾਹਿਬ ਦਾ ਖਾਤਾ ਜਿਹੜਾ ਉਹ ਖਤਮ ਹੋ ਚੁੱਕਿਆ ਹੁਣ ਇੰਜ ਹੀ ਆਣੀਆਂ ਜਾਣੀਆਂ ਕਦੀ ਉਸ ਥਾਣੇ ਕਦੀ ਉਸ ਜੇਲ ਕਦੀ ਉਸ ਜੇਲ ਕਦੀ ਉਸ ਥਾਣੇ ਇੰਜ ਰਹਿਣਾ ਤੇ ਫਿਰ ਯਕਦਾਂਮੀ ਜਦੋਂ ਫੌਜੀ ਟ੍ਰਾਇਲ ਹੋਣਾ 9 ਮਈ ਦੇ ਹਵਾਲੇ ਨਾਲ ਖੜਾ 19 ਸਾਲ ਦੀ ਸਰਾਹ ਸੁਣਾ ਕੇ ਤੇ ਨਾ ਢੋਲਾ ਹੋਸੀ ਤੇ ਨਾ ਰੋਲਾ ਪੋਸੀ ਇਹ ਜਿਹੜਾ ਖਾਤਾ ਇੱਕ ਗੋਲ ਹੋਣਾ ਅੱਗੇ ਆਜੋ ਤਰੀਕੇ ਇਨਸਾਫ ਦਾ ਅਗਲਾ ਚੇਅਰਮੈਨ ਕੌਣ ਵੱਡੀ ਜੰਗ ਛਿੜ ਗਈ ਵੱਡੇ ਰੌਲੇ ਪੈ ਗਏ ਹੁਣ ਜਿਹੜਾ ਰੌਲਾ ਪੈ ਗਿਆ ਸ਼ਾ ਮੁਦਕ੍ਰੇਸ਼ੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਮਠਿਆਈਆਂ ਵੰਡਦਾ ਫਿਰਦਾ ਯਕੀਨ ਕਰੋ ਮੈਨੂੰ ਤਸਵੀਰ ਕਹ ਲਈ ਕਿਸੇ ਬੰਦੇ ਨੇ ਕੱਲ ਉਹਦੇ ਘਰੋਂ ਬੈਠਾ ਸੀ ਕਿਤੇਰੇ ਸੱਜੇ ਖੱਬੇ ਉੱਥੇ ਮਠਿਆਈ ਖਾ ਰਿਆ ਸੀ ਉਹਨੇ ਕਿਹਾ ਸ਼ਾ ਜੀ ਮਠਿਆਈ ਉਹਨੇ ਕਿਹਾ ਮੈਂ ਚੇਅਰਮੈਨ ਬਣ ਗਿਆ ਆਟੋਮੈਟਿਕ ਇਹਨੂੰ ਕੀ ਪਤਾ ਕਿ ਨਿਆਜ਼ੀ ਕਿੰਨਾ ਖੋਚਲ ਹੁਣ ਜਨਾਬ ਜੰਗ ਛਿੜ ਗਈ ਹੈ ਸ਼ਾਹ ਮਮੂਦ ਕੁਰੀਸ਼ੀ اور ਅਲੀ ਮਾਬਾਜੀ ਦੇ ਦਰਮਿਆਨ ਪੀਟੀਆਈ ਦੀ ਚੇਅਰਮੈਨਸ਼ਿਪ ਤੇ ਹਾਲਾਂਕਿ ਥੱਲੇ ਨਾ ਕੋ ਕਾਰਕੋਨ ਨੇ ਨਾ ਕੋ ਪਾਰਟੀ ਸਟਰਕਚਰ ਹੈ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਕੋਈ ਟਿਕਟ ਲੈਣ ਵਾਲਾ ਨਹੀਂ ਕੋਈ ਉਹਦੇਦਾਰ ਨਹੀਂ ਕੋਈ ਵੋਟਰ ਨਹੀਂ ਕੋਈ ਸਪੋਰਟਰ ਨਹੀਂ ਸਿਰਫ ਚੇਅਰਮੈਨਸ਼ਿਪ ਦੀ ਲੜਾਈ ਹੁਣ ਪੈ ਗਈ ਹੈ ਪੀਰ ਅਲੀ ਮਾਂਦੀ ਹੈ ਮੈਂ ਚੇਅਰਮੈਨ ਹਾਂ ਤੇ ਸ਼ਾਹ ਮਮੂਦ ਆਂਦਾ ਕਿ ਮੈਂ ਆਟੋਮੈਟਿਕ ਬਣ ਗਿਆ ਉਹ ਆਂਦੀ ਹੈ ਨਹੀਂ ਇਮਰਾਨ ਖਾਨ ਮੈਨੂੰ ਕਹਿ ਕੇ ਗਿਆ ਸੀ ਕਿ ਤੂੰ ਚੇਅਰਮੈਨ ਇੱਥੇ ਹੁਣ ਜਿਹੜਾ ਇਹ ਰੌਲਾ ਪਿਆ ਗਿਆ ਕਿਉਂਕਿ ਉਹ ਤੇ 5 ਸਾਲ ਆਸਤੇ ਹੋ ਗਿਆ ਨਾ ਅਹਲ ਉਹ ਨਾ ਹੀ ਪਾਰਟੀ ਦੀ ਚੇਅਰਮੈਨੀ ਕਰ ਸਕਦਾ ਨਾ ਪਾਰਟੀ ਦੀ ਸਦਾਰਤ ਕਰ ਸਕਦਾ ਨਾ ਪਾਰਟੀ ਦਾ ਕੋਈ ਖਾਤਾ ਗੋਲ ਕਰ ਸਕਦਾ ਹੁਣ ਕਿਹਦੇ ਸਾਈਨ ਦੇ ਨਾਲ ਪਾਰਟੀ ਦੇ ਸਾਰਾ ਖਾਤਾ ਚੱਲਣਾ ਹੈ ਪਾਰਟੀ ਦੇ ਬੈਂਕ ਅਕਾਊਂਟ ਉਹ ਸ਼ਾਹ ਮਮੂਦ ਕੁਰੀਸ਼ ਦੇ ਹਵਾਲੇ ਕਰਨੇ ਨੇ ਤੁਸੀਂ ਆਪ ਸਿਆਣੇ ਹੋ ਸਾਰੇ ਤੇ ਇਸ ਵਕਤ ਉਹ ਜੰਗ ਜਿਹੜੀ ਉਹ ਛੜੀ ਅਲੀਮਾਬਾਜੀ ਔਰ ਸ਼ਾਹਮਮੂਦ ਕੁਰੀਸ਼ ਦੇ ਦੇ ਦਰਮਿਆਨ ਕਿ ਚੇਅਰਮੈਨ ਕੌਣ ਹੋਏਗਾ ਕਿਹੜਾ ਇਹ 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 ਇਗਲਾਜ਼ਤ ਦਾ ਟੇਰ ਜਿਹੜਾ ਹੋ ਚੁੱਕੇ ਦਾ ਇਹ ਹੁਣ ਵੇਖੋ ਕਿ ਸ਼ਾਹਮਮੂਦ ਦੀ ਲਾਟਰੀ ਨਿਕਲਦੀ ਏ ਕਿ ਨਹੀਂ ਉਹ ਵੀ ਪੂਰ ਮੀਡੀਆ ਤੇ ਅਲੀਮਾਬਾਜੀ ਜਿਹੜੀ ਹੈ ਉਹ ਵੀ ਪੂਰ ਮੀਡੀਆ ਅਲੀਮਾ ਦੇ ਵੀ ਵਾਰੰਟ ਨਿਕਲੇ ਨੇ ਅਲੀਮਾ ਤੇ ਗ੍ਰਿਫਤਾਰ ਕਰੇ ਹੋ ਜਾ ਤੇ ਸ਼ਾਹਮਮੂਦ ਦੀ ਲਾਟਰੀ ਨਿਕਲ ਆਏ ਅੱਗੇ ਆ ਜੋ ਮੁਰਾਦ ਸੈਦ ਦਾ ਵਲਦ ਗ੍ਰਿਫਤਾਰ ਮੁਰਾਦ ਸੈਦ ਦਾ ਵਲਦ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈ ਕੇ ਪਹੁੰਚਿਆ ਸਿ ਉਹਨਾਂ ਕਹਿੰਦੇ ਤੂੰ ਕਿੱਦਾਂ ਆਇਆ ਇੱਥੇ ਆਂਦਾ ਮੈਂ ਪੜਨ ਆਇਆ ਉਹਨਾਂ ਕਹਿੰਦੇ ਕੀ ਪੜਨ ਆਇਆ ਆਂਦਾ ਮੈਂ ਪੜਨ ਆਇਆ ਬਸ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਕੀ ਪੜਨ ਆਇਆ ਉਹਨਾਂ ਅੰਦਰ ਦੇ ਦਿੱਤਾ ਉਹਨਾਂ ਦੋਸਤ ਦੇ ਅੰਦਰ ਰੱਖ ਕੇ ਕੁੱਟੀ-ਕੁੱਟ ਕੇ ਵਾਪਸ ਕਾਲ ਦਿੱਤਾ ਇਹ ਚੌਰੀ ਸਹੀਦ ਖਾਨ ਸਾਹਿਬ ਜੀ ਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੱਲ ਐ ਤਕਰੀਬਨ ਕੋਈ 40-45 ਅਰਬ ਰੁਪਈਆ ਇਹਦਾ ਪਿਓ ਜਿਹੜਾ ਇਹਨੇ ਮੁਰਾਦ ਸਹੀਦ ਔਰ ਇਹਦੇ ਨਿੱਕੇ ਭਰਾ ਦੇ ਨਾਲ ਮਿਲ ਕੇ ਇਹ ਇਹ ਪਖਤੂਨ ਹਾਲੇ ਜਦੋਂ ਉਹਨਾਂ ਦੀ ਹਕੂਮਤ ਸੀ ਇਹਨਾਂ ਨੇ ਕੱਚਿਆ ਤੋਇਆ ਕ੍ਰਾਪਸ਼ਨ ਕੀਤੀ ਬਹੁਤ ਜ਼ਿਆਦਾ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਤੇ ਉਹਦੇ ਚੱਕਰ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਰਾਦ ਸੈਦ ਜਿਹੜਾ ਉਹ ਵੀ ਕੱਚੇ ਏਹੀ ਉਹਨੇ ਵੀ ਨਿਕਲਣਾ ਕੱਲ ਪਰਸੋਂ ਹੋ ਸਕਦਾ ਜਦੋਂ ਉਹ ਨਿਕਲੇ ਪ੍ਰੈਸ ਕਾਨਫਰੰਸ ਕਰੇ ਔਰ ਫੌਜ ਦੇ ਸਾਹਮਣੇ ਆਪਣੇ ਆਪ ਨੂੰ ਅਦਾਰਿਆਂ ਦੇ ਸਾਹਮਣੇ ਪੇਸ਼ ਕਰ ਦੇਵੇ ਕਿਉਂਕਿ ਉਹ ਨਿਆਜ਼ੀ ਤੋਂ ਬਾਅਦ ਵੱਡਾ ਮੁਜਰਮ ਹੋਏ ਨੌ ਮਈ ਦਾ ਤੇ ਇਹ ਖਾਤਾ ਵੀ ਗੋਲ ਹੋਣਾ ਅਗਲੇ ਚੰਦ ਦਿਨਾਂ ਦੇ ਵਿੱਚ ਤੇ ਬਾਅਦ ਮੁਰਾਦ ਸੈਦ ਦਾ ਪਿਓ ਜਿਹੜਾ ਗ੍ਰਿਫਤਾਰ ਹੋ ਗਿਆ ਅਗਲੀ ਖਬਰ ਤੇ ਆਜੋ ਨਿਆਜ਼ੀ ਨੂੰ ਡੋਬਾਇਆ ਕਿੰਨੇ ਐਸ ਹਾਲਤ ਦੇ ਵਿੱਚ ਨਿਆਜ਼ੀ ਨੂੰ ਕਿੰਨੇ ਪਹੁੰਚਾਇਆ ਇਹ ਅਸੀਂ ਤੁਹਾਨੂੰ ਦੱਸਨੇ ਆ। ਵਾਹ ਪਾਰਟੀ ਖਤਮ ਹੋ ਗਈ। ਐ ਪਾਰਟੀ ਦਾ ਖਾਤਾ ਖਤਮ ਹੋ ਗਿਆ। ਲੋਕੀ ਨਸ ਗਏ, ਚਲੇ ਗਏ। ਆਖਰੀ ਸਾਹ ਤੱਕ ਇਹਨੂੰ ਕਿੰਨੇ ਪਹੁੰਚਾਇਆ। ਇਹ ਹੁਣ ਸੁਣੋ ਇਹਨੂੰ ਪਹੁੰਚਾਣ ਵਾਲੇ ਨੇ ਆਦਲ ਰਾਜਾ ਨਹੀਂ ਉਹ ਜਿਹੜਾ YouTube ਤੇ ਬੈਠਾ ਵਰਤਾਨੀਆਂ ਦੇ ਵਿੱਚ। ਉਹਨੇ ਇਸ ਬੰਦੇ ਦੀ ਪਾਰਟੀ ਦਾ ਖਾਤਾ ਗੋਲ ਕੀਤਾ ਆਪਣੇ YouTube ਦੇ ਉੱਤੇ ਵਿਊ ਹਾਸਲ ਕਰਨ ਵਾਸਤੇ। ਐਸੀ ਐਸੀ ਚਵਲ ਮਾਰੀ ਐ, ਐਸਐਸਐ ਝੂਠ ਬੋਲੇ ਐ। ਔਰ ਨਿਆਜ਼ੀ ਦੇ ਇੱਕ ਕੰਨ ਪਰਦਾ ਰਿਹਾ ਔਰ ਨਿਆਜ਼ੀ ਨੂੰ ਦੱਸਤਾ ਰਿਹਾ ਕਿ ਤੇਰੇ ਨਾਲ ਇੰਨੇ ਜਰਨੈਲ ਨੇ ਮੇਰੀ ਗੱਲ ਹੋ ਗਈ ਹੈ ਖਮੋਸ਼ ਮੁਜਾਹਿਦ ਨੇ ਕਹਿ ਦਿੱਤਾ ਤੂੰ ਜੜ ਜਾ ਹਮਲਾ ਕਰ ਦੇ 6 ਜਰਨੈਲ ਤੇਰੇ ਨਾਲ ਨੇ 7 ਜਰਨੈਲ ਤੇਰੇ ਨਾਲ ਨੇ ਤੂੰ ਫਤਿਹ ਹੋ ਕੇ ਨਿਕਲੇਗਾ ਇਹ ਆਦਲ ਰਾਜਾ ਵਰਗੇ ਲੋਕ ਸਾਬਰ ਸ਼ਾਕਰ ਵਰਗੇ ਮੁईद ਪੀਰ ਜ਼ਾਦਾ ਵਰਗੇ ਔਰ ਹੈਦਰ ਮਹਿਦੀ ਵਰਗੇ ਇਸ ਤਰ੍ਹਾਂ ਦੇ ਜਿਹੜੇ ਸ਼ਾਬੋਦੀਨ ਵਰਗੇ ਇਹ ਜਿੰਨੇ ਵੀ ਯੂਟਿਊਬਰ ਸੀ ਔਰ ਜਿਹੜੇ ਟਵਿੱਟਰ ਤੇ ਬੈਠੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਇਸ ਨਿਆਜ਼ੀ ਦਾ ਪੱਠਾ ਬਠਾਇਆ ਅਗਰ ਇਹ ਆئین ਔਰ ਕਾਨੂੰਨ ਦੇ ਮੁਤਾਬਕ ਚੱਲਦੇ ਉਹਨੂੰ ਦੱਸਦੇ ਕਿ ਖਾਨ ਸਾਹਿਬ ਆਪਣੀ ਪਾਰਟੀ ਸੰਭਾਲੋ ਸਿਆਸਤ ਕਰੋ ਪਾਰਲੀਮੈਂਟ ਜਾਓ ਜਾ ਕੇ ਸਿਆਸੀ ਜੰਗ ਲੜੋ ਔਰ ਆਪਣੇ ਆਪ ਨੂੰ ਮਜ਼ਬੂਤ ਕਰੋ ਔਰ ਅਗਲੇ ਇਲੈਕਸ਼ਨ ਵਾਸਤੇ ਆਪਣੇ ਆਪ ਨੂੰ ਤਿਆਰ ਕਰੋ ਔਰ ਅੱਜ ਨਿਆਜ਼ੀ ਦੀ ਪਾਰਟੀ ਕਿੱਥੇ ਹੁੰਦੀ ਨਿਆਜ਼ੀ ਇੱਕ ਸਿਆਸਤਦਾਨ ਹੋ ਕੇ ਨਿਕਲਦਾ لیکن ਇਹ ਜਿਹੜੇ 5-7 ਯੂਟਿਊਬਰ ਨੇ ਆਦਲ ਰਾਜਾ ਵਰਗੇ ਇਹਨਾਂ ਨੇ ਆਪਣੇ ਵਿਊ ਹਾਸਲ ਕਰਨ ਵਾਸਤੇ ਚੰਦ ਡਾਲਰਾਂ ਦੀ ਖਾਤਰ ਉਹਦੀ ਪਾਰਟੀ ਵੀ ਖਤਮ ਕਰਾ ਦਿੱਤੀ ਉਹਦਾ ਪਾਰਟੀ ਸਟਰਕਚਰ ਵੀ ਖਤਮ ਕਰਾ ਦਿੱਤਾ ਸਿਰੇ ਤੋਂ ਮੁੰਡ ਦਿੱਤੀ ਹਰਸ਼ਾ ਇਹਨਾਂ ਬੰਦਿਆਂ ਨੇ ਆਪਣੇ ਪੈਸੇ ਬਣਾਉਣ ਵਾਸਤੇ ਯੂਟਿਊਬ ਧਿਆਨ ਨਾਲ ਸੁਣਨਾ ਇਹ ਗੱਲ ਇਹ ਸਬਕ ਜੇ ਇਸ ਗੱਲ ਦੇ ਵਿੱਚ ਤੇ ਅੱਜ ਟਕੇ ਟਿੰਡ ਜਿਹੜੀ ਆ ਹੋ ਪਈਏ ਆਪੋ ਜੇਲ੍ਹ ਚ ਲੱਗ ਗਿਆ ਇਹਨਾਂ ਦੀ ਵਜਾ ਤੋਂ ਇਹ ਕਿ ਇਹ 5 7 10 ਲੋਕ ਵਿੱਚ ਇਮਰਾਨ ਰਿਆਜ਼ ਨੂੰ ਵੀ ਤੁਸੀਂ ਪਾ ਲੋ ਉਮਰਾਦ ਸੈਦ ਨੂੰ ਵੀ ਪਾ ਲੋ ਇਸ ਤਰ੍ਹਾਂ ਦਾ ਜਿਹੜਾ ਟੋਲਾ ਸੀ ਮੁੰਡਿਆਂ ਖੁੰਡਿਆਂ ਦਾ ਤੇ ਸਿਆਣੇ ਆਂਦੇ ਨੇ ਕਿ ਮੁੰਡਿਆਂ ਖੁੰਡਿਆਂ ਦੀ ਵੱਜੀ ਉਹ ਦੁਬਾਰਾ ਸੀਤੀ ਨਹੀਂ ਜਾਂਦੀ ਇਹ ਇਮਰਾਨ ਖਾਨ ਨਾਲ ਵੀ ਉਹੀ ਹੋਇਆ ਇਹ ਮੁੰਡਿਆਂ ਖੁੰਡਿਆਂ ਦੀ ਵੱਜੀ ਏ ਇਹ ਦੁਬਾਰਾ ਸੀਤੀ ਨਹੀਂ ਜਾਣੀ ਮੈਂ ਕਿਹਾ ਮੈਂ ਇਹ ਦੱਸ ਦਿਆਂ ਬਹੁਤ ਸ਼ੁਕਰੀਆ